ਮਤਲਬ ਸਾਂਝਾ ਕੀਤਾ ਇੰਨਾ ਵੱਡਾ ਵਾਕਿਆ ਹੋ ਜਾਣਾ ਇਦੋਂ ਵੱਡਾ ਜਾਲ ਕੌਣ ਹੋ ਸਕਦਾ ਜੀ ਕਿ ਛੋਟੀ ਜਿਹੀ ਬੱਚੀ ਨੂੰ ਇਸ ਤਰ੍ਹਾਂ ਰੇਪ ਕਰਕੇ ਉਹਨੂੰ ਸਾੜ ਦੇਣਾ ਇਦੋਂ ਦੁੱਖ ਜਿਹਨੇ ਵੀ ਸੁਣਿਆ ਉਹਦੇ ਅੱਖਾਂ ਵਿੱਚ ਪਾਣੀ ਜ਼ਰੂਰ ਆਇਆ ਹੋਊਗਾ ਔਰ ਮੈਂ ਸਮਝਦਾ ਕਿ ਵੱਧ ਤੋਂ ਵੱਧ ਸਜ਼ਾ ਜਿੰਨੀ ਵੀ ਹੋ ਸਕੇ ਇਹ ਜਿਵੇਂ ਖਾਲਸਾ ਜੀ ਨੇ ਕਿਹਾ ਉਹਨਾਂ ਦੀ ਜ਼ਮੀਨ ਵੀ ਕੁਰ ਕਰਕੇ ਇਹਨਾਂ ਦੇ ਨਾਲ ਜਾਣੀ ਚਾਹੀਦੀ ਹੈ ਕੋਈ ਐਸੇ ਹਾਲਾਤ ਬਣਾਉਣੇ ਚਾਹੀਦੇ ਆ ਜੇ ਕਿ ਅੱਗੇ ਤੋਂ ਕਿਸੇ ਦੀ ਹਿੰਮਤ ਨਾ ਹੋ ਸਕੇ ਵੀ ਇਸ ਤਰ੍ਹਾਂ ਦੀ ਗੱਲ ਕਰ ਇੰਨੇ ਛੋਟੇ ਬੱਚੇ ਦਾ ਤਾਂ ਦਰਦ ਉਹੀ ਵੈਸੇ ਹੁੰਦਾ ਕਿ ਜਿਹਦੇ ਜਿਹਨੇ ਵੀ ਸੁਣਿਆ ਮੈਂ ਸਮਝਦਾ ਵੀ ਇੱਦੋਂ ਦੁੱਖ ਨਹੀਂ ਮੈਂ ਅੱਜ ਆਉਣਾ ਸੀ ਹੁਸ਼ਿਆਰਪੁਰ ਅਤੇ ਮੈਂ ਕਿਹਾ ਉਹਨਾਂ ਦੇ ਜ਼ਰੂਰ ਭਾਈ ਦੁੱਖ ਸਾਂਝਾ ਕਰਕੇ ਆਵਾਂਗੇ ਅਤੇ ਇੰਨੇ ਗਰੀਬ ਆਦਮੀਆਂ ਦਾ ਸਾਰਿਆਂ ਨੂੰ ਇਹਨਾਂ ਨੂੰ ਵੀ ਕਿਹਾ ਭਾਈ ਮਦਦ ਵੀ ਕਰੋ ਇਹਨਾਂ ਗਰੀਬਾਂ ਦੀ ਪਰ ਜੋ ਕੁਛ ਇਹਨਾਂ ਨਾਲ ਹੋਇਆ ਤਾਂ ਉਹ ਵਾਹਿਗੁਰੂ ਕਿਸੇ ਨਾਲ ਨਾ ਕਰੇ ਔਰ ਇਸ ਤਰ੍ਹਾਂ ਦੇ ਬੰਦੇ ਨੂੰ ਵੱਧ ਤੋਂ ਵੱਧ ਸਜ਼ਾਵਾਂ ਦੇ ਕੇ ਔਰ ਉਹਨਾਂ ਨੂੰ ਤਾਂ ਕਿ ਕੋਈ ਕੋਈ ਐਸੀ ਬੰਦੇ ਦੀ ਹਿੰਮਤ ਨਾ ਪਵੇ ਕਿ ਦੁਬਾਰਾ ਕਰ ਸਕੇ ਦੇਖੋ ਹਾਲਾਤ ਤਾਂ ਦਿਨੋ ਦਿਨ ਮਾੜੇ ਹੁੰਦੇ ਜਾ ਰਹੇ ਪੰਜਾਬ ਦੇ ਔਰ ਉਹਨੂੰ ਸੁਝਾਉਣ ਲਈ ਸੈਂਟਰ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਨੂੰ ਜਿਹੜੇ ਕਿਸਾਨ ਬੈਠੇ ਨੇ ਉਹਨਾਂ ਦੀਆਂ 31 ਫੈਡਰੇਸ਼ਨਾਂ ਐਸੋਸੀਏਸ਼ਨਾਂ ਨੇ ਉਹਨਾਂ ਨਾਲ ਗੱਲ ਕਰਕੇ ਇਹਨੂੰ ਮੁਕਾਉਣਾ ਚਾਹੀਦਾ ਕਿਸੇ ਤਰੀਕੇ ਨਾਲ ਵੀ ਨਹੀਂ ਪੰਜਾਬ ਦੇ ਹਾਲਾਤ ਦਿਨੋ ਦਿਨ ਮਾੜੇ ਹੁੰਦੇ ਜਾ ਰਹੇ ਆ ਔਰ ਪੰਜਾਬ ਬਾਰਡਰ ਸਟੇਟ ਹੈ ਅਤੇ ਉਹਨਾਂ ਨੂੰ ਸੈਂਟਰ ਨੂੰ ਇਹ 'ਤੇ ਬਹੁਤ ਧਿਆਨ ਦੇਣਾ ਚਾਹੀਦਾ ਇਹ ਪੰਜਾਬ ਸਰਕਾਰ ਨੂੰ ਵੀ ਕਰ ਦੇਣਾ ਚਾਹੀਦਾ ਦੁਬਾਰਾ ਬੁਲਾ ਲੈਣ ਸੈਸ਼ਨ ਕਰ ਦੇਣ ਤਾਂ ਬਹੁਤ ਅੱਛੀ ਗੱਲ ਹੋ ਜਾਏਗੀ ਸਰ ਸਭ ਤੋਂ ਵੱਡੀ ਗੱਲ ਹੈ ਕਿ ਐਚਪੀਸੀ ਚੋਣਾਂ ਨੂੰ ਲੈ ਕੇ ਤੁਸੀਂ ਲੈ ਕੇ ਆਪਣੀ ਪਾਰਟੀ ਵੱਲੋਂ ਕਰੋਗੇ ਉਸ ਨੂੰ ਲੈ ਕੇ ਦੇਖੋ ਅਸੀਂ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਰਹੇ ਹਾਂ ਅਤੇ ਕਾਫੀ ਹੱਦ ਤੱਕ ਸਾਡਾ ਸਮਝੌਤਾ ਵੀ ਹੋ ਚੁੱਕਿਆ ਤਕਰੀਬਨ ਅਤੇ 5-4 ਦਿਨ 'ਚ ਤੁਹਾਨੂੰ ਬਹੁਤ ਅੱਛੀ ਖਬਰ ਮਿਲੇ